ਵੇਖ ਲਈ ਬਲੈਤ ਯਾਰੋ ਵੇਖ ਲਈ ਬਲੈਤ ਗੋਰਿਆਂ ਰੰਗਾਂ ਦੇ ਵਿੱਚ ਦਿਲ ਨੇ ਬਲੈਤ ਵੰਸ ਵੰਨੇ ਖਾਣੇ ਖਾ ਕੇ ਫਿਰ ਵੀ ਦਿਲ ਨਹੀਂ ਭਰਦਾ ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ ਮੇਰੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਆ ਕਿ ਜਦੋਂ ਮੈਂ ਪੰਜਾਬ ਚ ਆਉਂਦਾ ਹਾਂ ਤੇ ਇਹਨਾਂ ਸਾਰੀਆਂ ਰੂਹਾਂ ਨੂੰ ਮਿਲਿਆ ਜਾਵੇ ਤੇ ਅੱਜ ਮੈਂ ਗ੍ਰਾਈ ਆਇਆ ਉਸ ਮਹਾਨ ਹਸਤੀ ਨੂੰ ਮਿਲਣ ਦੇ ਲਈ ਚੰਨ ਗ੍ਰਾਇਆਂ ਵਾਲਾ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਤੋਂ ਇਹਨਾਂ ਦੇ ਗਾਣੇ ਨਰਿੰਦਰ ਬੀਬਾ ਜੀ ਮਾਣਕ ਸਾਹਿਬ ਕਿਹੜਾ ਆਰਟਿਸਟ ਹੈ ਜਿਹਨਾਂ ਨੇ ਇਹਨਾਂ ਦੇ ਗਾਣੇ ਗਾਏ ਬੜਾ ਖੁਸ਼ ਆ ਕਿਉਂਕਿ ਮੈਨੂੰ ਏਦਾਂ ਦੀਆਂ ਰੂਹਾਂ ਮਿਲੀਆਂ ਜਿਹੜੀਆਂ ਮੈਂ ਬਹੁਤ ਦੇਰ ਤੋਂ ਮੈਂ ਭਾਲ ਕਰਦਾ ਫਿਰਦਾ ਸੀ ਚੰਨ ਗ੍ਰਾਇਆਂ ਵਾਲਾ ਜਿਹੜੇ ਲੇਖਕ ਮੇਰੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਆ ਕਿ ਜਦੋਂ ਮੈਂ ਪੰਜਾਬ ਚ ਆਉਂਦਾ ਤੇ ਇਹਨਾਂ ਸਾਰੀਆਂ ਰੂਹਾਂ ਨੂੰ ਮਿਲਿਆ ਜਾਵੇ ਇਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਜਿਹੜੇ ਰਾਈਟਰ ਹੁੰਦੇ ਨੇ ਲੇਖਕ ਹੁੰਦੇ ਨੇ ਗੀਤਕਾਰ ਹੁੰਦੇ ਨੇ ਉਹ ਸਾਡੇ ਕਹਿੰਦੇ ਨੀ ਕਲਾਕਾਰ ਦੇ ਪਰ ਹੁੰਦੇ ਨੇ ਕਲਾਕਾਰ ਦੀਆਂ ਬਾਹਾਂ ਹੁੰਦੀਆਂ ਨੇ ਉਹ ਚੰਗਾ ਲਿਖਣਗੇ ਤਾਂ ਹੀ ਤੁਸੀਂ ਚੰਗਾ ਸਟੇਜ ਦੇ ਉੱਤੇ ਗਾ ਸਕਦੇ ਹੋ ਫਿਰ ਗਾ ਸਕਦੇ ਪਰਫੋਰਮ ਕਰ ਸਕਦੇ ਹਾਂ ਸੋ ਮੈਂ ਅੱਜ ਜਿਵੇਂ ਤੁਸੀਂ ਚੱਲ ਦੇਖ ਹੀ ਰਹੇ ਹੋ ਮੇਰਾ ਤਿੰਨ ਚਾਰ ਦਿਨ ਤੋਂ ਪੰਜਾਬ ਦਾ ਟੂਰ ਚੱਲ ਰਿਹਾ ਤੇ ਅੱਜ ਮੈਂ ਗ੍ਰਾਈ ਆਇਆ ਉਸ ਮਹਾਨ ਹਸਤੀ ਨੂੰ ਮਿਲਣ ਦੇ ਲਈ ਚੰਨ ਗ੍ਰਾਇਆਂ ਵਾਲਾ ਜਿਹਨਾਂ ਦਾ ਨਾਂ ਤੁਸੀਂ ਹਮੇਸ਼ਾ ਹੀ ਸੁਣਦੇ ਰਹਿੰਦੇ ਹੋ ਤੇ ਇੰਨੇ ਸਾਲਾਂ ਤੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਤੋਂ ਇਹਨਾਂ ਦੇ ਗਾਣੇ ਨਰਿੰਦਰ ਬੀਬਾ ਜੀ ਮਾਣਕ ਸਾਹਿਬ ਕਿਹੜਾ ਆਰਟਿਸਟ ਹੈ ਜਿਹਨਾਂ ਨੇ ਇਹਨਾਂ ਦੇ ਗਾਣੇ ਗਾਏ ਤੇ ਫਿਲਮਾਂ ਚ ਬਹੁਤ ਗਾਏ ਇਹਨਾਂ ਦਾ ਫਿਲਮਾਂ ਬੜੀਆਂ ਬਣਾਈਆਂ ਬਲਬੀਰੋ ਭਾਬੀ ਹੋ ਸਰਪੰਚ ਕਿੰਨੀਆਂ ਇਹਨਾਂ ਦੀਆਂ ਫਿਲਮਾਂ ਚ ਸਾਰਿਆਂ ਚ ਗਾਣੇ ਆਉਂਦੇ ਰਹੇ ਲੋਕ ਵੱਡਿਆ ਗੜਾਸਿਆਂ ਦੇ ਨਾਲ ਚੰਦੜਾਂ ਨੇ ਮਿਰਜ਼ੇ ਨੂੰ ਕਿੰਨੇ ਗਾਣੇ ਮਤਲਬ ਮੈਂ ਕਿਹੜੇ ਕਿਹੜੇ ਦੱਸਾਂ ਤੇ ਉਹਨਾਂ ਗਾਣਿਆਂ ਵਿੱਚੋਂ ਮੈਨੂੰ ਵੀ ਸੁਭਾਗ ਹੋਇਆ ਕਿ ਇਹਨਾਂ ਦੇ ਲਿਖਿਆ ਹੋਇਆ ਗਾਣਾ ਮੇਰੀ ਵੀ ਕਿਸਮਤ ਨੂੰ ਬਹੁਤ ਖੋਲ ਗਿਆ ਜਿਹਦਾ ਨਾਂ ਸੀ ਵੇਖ ਲਈ ਬਲੈਤ ਯਾਰੋ ਵੇਖ ਲਈ ਬਲੈਤ ਗੋਰਿਆਂ ਰੰਗਾਂ ਦੇ ਵਿੱਚ ਦਿਲ ਨੇ ਬਲੈਤ ਵੰਸ ਵੰਨੇ ਖਾਣੇ ਖਾ ਕੇ ਫਿਰ ਵੀ ਦਿਲ ਨਹੀਂ ਭਰਦਾ ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ ਅੱਜ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ ਤੇ ਅੱਜ ਮੈਂ ਗ੍ਰਾਈ ਉਹਨਾਂ ਨੂੰ ਸਪੈਸ਼ਲ ਮਿਲਣ ਆਇਆ ਉਹਨਾਂ ਦੇ ਦਫ਼ਤਰ ਚ ਬੈਠੇ ਆ ਔਰ ਬਹੁਤ ਹੀ ਚੰਗਾ ਲੱਗਦਾ ਜੀ ਮੈਂ ਭਾਈ ਸਾਹਿਬ ਅੱਜ ਬੜਾ ਖੁਸ਼ ਆ ਕਿਉਂਕਿ ਮੈਨੂੰ ਏਦਾਂ ਦੀਆਂ ਰੂਹਾਂ ਮਿਲੀਆਂ ਜਿਹੜੀਆਂ ਮੈਂ ਬਹੁਤ ਦੇਰ ਤੋਂ ਮੈਂ ਭਾਲ ਕਰਦਾ ਫਿਰਦਾ ਸੀ ਜਦੋਂ ਮੇਰੇ ਮਾਂ ਦੀ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਜੀ ਕਰਦਾ ਤੁਸੀਂ ਉੱਥੇ ਲਿਖਿਆ ਉਸ ਨੇ ਮੈਨੂੰ ਇੰਨੀ ਜ਼ਿਆਦਾ ਲੋਕਾਂ ਦੇ ਵਿੱਚ ਮੈਨੂੰ ਪੈਦਾ ਕੀਤਾ ਜਾਣ ਵਾਸਤੇ ਲੋਕਾਂ ਨਾਲ ਮੇਲ ਜੋਲ ਕੀਤਾ ਕਿਉਂਕਿ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਵਾਕਈ ਤੁਸੀਂ ਜਿਹੜਾ ਉੱਥੇ ਜਾ ਕੇ ਦੱਸਿਆ ਆ ਕਿ ਵਾਕਿਆ ਮਾਂ ਦੀਆਂ ਉੱਥੇ ਭਾਵਾਂ ਪਰੌਂਠੇ ਮਿਲਦੇ ਜਾਂ ਹੋਰ ਚੀਜ਼ਾਂ ਮਿਲਦੀਆਂ ਪਰ ਮਾਂ ਦੇ ਹੱਥਾਂ ਦੀ ਰੋਟੀ ਨਹੀਂ ਮਿਲਦੀ ਹੈ ਉਹ ਜਿਹੜਾ ਮੇਰਾ ਗੀਤ ਸੀ ਉਹ ਦੁਨੀਆਂ ਦੇ ਵਿੱਚ ਸਾਰੇ ਚਲਾ ਗਿਆ ਉਹ ਇੱਕ ਲੋਕ ਗੀਤ ਬਣ ਗਿਆ ਆਉਣ ਵਾਲੇ ਸਮੇਂ ਲਈ ਮੈਂ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਹੈ ਤੁਹਾਡੀ ਤੁਸੀਂ ਮੇਰੇ ਗੀਤਾਂ ਨੂੰ ਚਰ ਚੰਦ ਲਾਇਆ ਔਰ ਉਹਨੂੰ ਅਮਰ ਕੀਤਾ ਆ ਵਾਹ ਵਾਹ ਮੈਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕਿ ਗੀਤ ਹੋਰ ਵੀ ਬੜੇ ਮਾਵਾਂ ਦੇ ਲੋਕਾਂ ਨੇ ਗਾਏ ਆ ਜਿਸ ਤੋਂ ਪਹਿਲਾਂ ਮੈਂ ਵੀ ਬਹੁਤ ਗਾਏ ਸੀ ਪਰ ਇਹ ਗੀਤ ਜਿਹੜਾ ਇੱਕ ਐਸਾ ਅਮਰ ਹੋ ਗਿਆ ਜੀ ਲੋਕਾਂ ਦੇ ਐਸਾ ਦਿਲ ਦੇ ਵਿੱਚ ਬੈਠ ਗਿਆ
ਕਿ ਮਤਲਬ ਜਦੋਂ ਵੀ ਕੋਈ ਮੇਰਾ ਪ੍ਰੋਗਰਾਮ ਨਹੀਂ ਹੈ ਜਿਹਦੇ ਵਿੱਚ ਮੈਂ ਇਹ ਗਾਣਾ ਨਹੀਂ ਗਾਉਂਦਾ, ਕਿਉਂਕਿ ਲੋਕਾਂ ਦੀ ਇੱਕ ਫੀਲਿੰਗ ਆ, ਲੋਕਾਂ ਦਾ ਦਾ ਵੇ ਤੁਸੀਂ ਲਿਖਿਆ ਉਦੋਂ ਨਾ ਕਿ ਬਾਪੂ ਨੇ ਬਾਹਾਂ ਚ ਲੈ ਕੇ ਮੈਨੂੰ ਸਮਝਾਇਆ ਸੀ, ਦਿੱਲੀ ਏਅਰਪੋਰਟ ਤੇ ਚੜਾਉਣ ਜਦੋਂ ਆਇਆ ਸੀ, ਰੱਖ ਕੇ ਜ਼ਮੀਨ ਗਹਿਣੇ ਭੇਜਣ ਲੱਗਾ ਮੈਂ ਤੈਨੂੰ, ਚੇਤਾ ਨਾ ਕਹਿੰਦਾ ਭਲਾ ਨੀ ਕਿਤੇ ਕਰਦਾ ਓਏ ਪੁੱਤਰਾ, ਚੇਤਾ ਨਾ ਭਲਾ ਨੀ ਕਿਤੇ ਕਰਦਾ। ਸੋ ਤੁਸੀਂ ਲਿਖਿਆ ਹੀ ਇੰਨਾ ਵਧੀਆ, ਤੇ ਮੈਂ ਜਿਵੇਂ ਤੁਹਾਨੂੰ ਦੋਸਤੋ ਪਹਿਲਾਂ ਦੱਸਿਆ ਵੀ ਜਦੋਂ ਲਿਖਿਆ ਚੰਗਾ ਹੋਵੇ ਫਿਰ ਉਹਦੀ ਟਿਊਨ ਵੀ ਵਧੀਆ ਬਣ ਜਾਂਦੀ ਆ, ਫਿਰ ਉਹਨੂੰ ਗਾਇਆ ਵੀ ਅੰਦਰੋਂ ਜਾਂਦਾ, ਤੇ ਤੁਸੀਂ ਬਹੁਤ ਸੋਹਣਾ ਗਾਇਆ ਜੀ ਅੱਜ। ਫੇਰ ਮਾੜਾ ਜਿਹਾ ਕਾਕਾ ਦਿਖਾਲ ਸਾਰਾ ਆਫਿਸ, ਮਾੜਾ ਜਿਹਾ ਉੱਠ ਕੇ ਖੜਾ ਹੋ ਕੇ ਇੱਧਰ ਨੂੰ, ਉਹਨਾਂ ਦੇ ਕੀਤੇ ਹੋਏ ਸਾਰੇ ਅਵਾਰਡ ਦੇਖੋ ਜੀ, ਕਿਤੇ ਮਾਣ ਪੰਜਾਬ ਦਾ ਤੇ ਕਿਤੇ ਮਤਲਬ ਸੋਨੇ ਦੀ ਕਲ ਚਾਂਦੀ ਦੀ ਕਿਤਾਬ। ਸੋ ਬਹੁਤ ਚੰਗਾ ਲੱਗਿਆ ਅੱਜ ਚੰਨ ਸਾਹਿਬ ਕੋ ਆਣ ਕੇ, ਗਰਾਈ ਚੰਨ ਗਰਾਇਆ ਵਾਲਾ ਚੰਡੀਗੜ੍ਹ ਰਹਿਣ ਵਾਲੀ, ਮਾੜਾ ਕਿੰਨੇ ਗਾਣੇ ਮੈਂ ਗੜਾਵਾਂ, ਇੱਕ ਕੋਠੀ ਬਣਵਾ ਦਿੰਦਾ ਚੰਡੀਗੜ੍ਹ। ਸੋ ਬਹੁਤ ਅੱਜ ਇਹਨਾਂ ਨੂੰ ਆ ਕੇ ਚੰਗਾ ਲੱਗਿਆ, ਸਾਰਿਆਂ ਨੂੰ ਮੈਂ ਦਿੱਤੇ ਆ, ਪਰ ਗਾਣੇ ਪਤਾ ਸਾਡੀ ਕੀ ਰੂਹ ਤੜਫਦੀ ਹੁੰਦੀ ਜਦੋਂ ਸਾਡੇ ਗੀਤ ਦੇ ਵਿੱਚ ਜਾਨ ਪਾਉਣ ਵਾਲਾ ਮਿਲ ਜਾਣਾ, ਉਹ ਤੁਸੀਂ ਮਿਲੇ ਆ ਸਾਡੀ ਸਹੀ ਯਾਦ ਨਾਲ। ਇੱਦਾਂ ਦੇ ਸੈਂਕੜੇ ਗਾਣੇ ਮੈਂ ਹੋਰ ਰਿਕਾਰਡਿੰਗ ਕਰਵਾਈ ਆ, ਪਰ ਉਹ ਜਿੱਦਾਂ ਭਰੂਣ ਹੱਤਿਆ ਹੋ ਜਾਂਦੀ ਉਦੋਂ ਮਰ ਜਾਂਦੇ ਆ, ਲੋਕ ਰੂਹਦਾਰੀਆਂ ਨੀ, ਉਹਨਾਂ ਨੂੰ ਪਤਾ ਨੀ ਮੇਰੇ ਸੁਣਨਾ ਕੀ ਆ ਕਿਸੇ ਨੇ, ਉਸ ਗੀਤ ਦਾ ਇੱਦਾਂ ਦਾ ਕਰ ਦਿੰਦੇ ਕੰਮ ਮੋੜ ਕਰਕੇ ਵੀ ਕਿਸੇ ਨੂੰ ਲੱਭਦਾ ਕੱਖ ਨੀ। ਹੁਣ ਤੁਹਾਨੂੰ ਮੈਂ ਗੀਤ ਤਿੰਨ ਚਾਰ ਗੀਤ ਅਸੀਂ ਨਵੇਂ ਹੋਰ ਕੱਢੇ ਆ, ਔਰ ਕਿਆ ਬਾਤ ਆ, ਹਲੇ ਸਾਂਝੇ ਨੀ ਕਰ ਸਕਦੇ ਕਿਉਂਕਿ ਨੈਟ ਦਾ ਤੁਹਾਨੂੰ ਪਤਾ, ਤੇ ਉਹ ਬੜੇ ਕਮਾਲ ਦੇ ਗਾਣੇ ਆ ਜੀ ਸਾਰੇ ਜਿਹੜੇ ਆ, ਤੇ ਆਪਾਂ ਆਉਣ ਵਾਲੇ ਸਮੇਂ ਚ ਇੱਦਾਂ ਮਿਲਦੇ ਰਹਾਂਗੇ। ਰੱਬ ਤੁਹਾਨੂੰ ਤੰਦਰੁਸਤੀਆਂ ਬਖਸ਼ੇ, ਰੱਬ ਤੁਹਾਨੂੰ ਸਿਹਤ ਬਖਸ਼ੇ, ਮਿੱਤਰ ਜਿਹਦੇ ਵਧੀਆ ਹੈ ਨਾ ਉਹਨੂੰ ਤੰਦਰੁਸਤੀ ਹੈ। ਚੰਗਾ ਜੀ, ਵਾਹ ਵਾਹ, ਸਤਿ ਸ਼੍ਰੀ ਅਕਾਲ, ਮੇਰੀ ਹਾਜ਼ਰੀ ਕਬੂਲ ਕਰੋ, ਧੰਨਵਾਦ ਤੁਹਾਡਾ ਭਾਈ, ਧੰਨਵਾਦ।